ਸਟਾਰਟ। ਮਾਨਵ ਜੀਵਨ ਦਾ ਇਸ ਤੋਂ ਵੱਡਾ ਹੋਰ ਮਜ਼ਾਕ ਕੀ ਹੋ ਸਕਦਾ ਹੈ। ਡੰਡਿੰਗ ਵਾਰ ਵਾਰ ਮੈਂ ਇਸ 'ਤੇ ਵਿਚਾਰ ਕਰਦਾ ਹਾਂ ਕਿ ਆਖਰ ਅਜਿਹਾ ਕਿਉਂ ਹੁੰਦਾ ਹੈ। ਡੰਡਿੰਗ ਅਸਲ ਵਿੱਚ ਅਸੀਂ ਕਾਇਰ ਜਾਂ ਖੁੱਲ੍ਹੇ ਸ਼ਬਦਾਂ ਵਿੱਚ ਆਖਾਂ ਤਾਂ ਕੰਮ ਚੋਰ ਹਾਂ। ਡੰਡਿੰਗ ਅਸੀਂ ਮੁਫਤ ਵਿੱਚ ਹੀ ਆਪਣੀਆਂ ਕਾਮਨਾਵਾਂ ਪੂਰੀਆਂ ਕਰਨਾ ਚਾਹੁੰਦੇ ਹਾਂ। ਡੰਡਿੰਗ ਸਾਡੇ ਦੁੱਖਾਂ ਪੀੜਾਂ ਪਰੇਸ਼ਾਨੀਆਂ ਉਲਝਣਾਂ ਅਤੇ ਦੁੱਖ ਦਰਦ ਦਾ ਮੂਲ ਕਾਰਨ ਇਹੀ ਹੈ। ਡੰਡਿੰਗ ਸਾਡੇ ਹੀ ਆਪਣੇ ਜੀਵਨ ਦੇ ਕਾਰਨਾਮੇ ਇਸ ਦਾ ਪ੍ਰਮਾਣ ਹਨ। ਡੰਡਿੰਗ ਸਾਡੀ ਜੇਬ ਵਿੱਚ 100 ਦਾ ਨੋਟ ਪਿਆ ਰਹਿੰਦਾ ਹੈ, ਪਰ ਰਸਤੇ ਵਿੱਚ ਸਾਨੂੰ ਇੱਕ ਛੋਟਾ ਜਿਹਾ ਵੀ ਸਿੱਕਾ ਡਿੱਗਿਆ ਮਿਲ ਜਾਵੇ ਤਾਂ ਉਸ ਨੂੰ ਚੁੱਕ ਲੈਂਦੇ ਹਾਂ। ਡੰਡਿੰਗ ਕਿਉਂ ਚੁੱਕ ਲੈਂਦੇ ਹਾਂ? ਉਹ ਮੁਫਤ ਦਾ ਹੁੰਦਾ ਹੈ। ਡੰਡਿੰਗ ਮੇਰਾ ਇੱਕ ਮਿੱਤਰ ਹੈ, ਉਹ ਮਨੁੱਖ ਜੀਵਨ ਦਾ ਵੱਡਾ ਪਾਰਖੀ ਹੈ। ਡੰਡਿੰਗ ਉਸ ਦਾ ਆਪਣਾ ਕਾਰੋਬਾਰ ਹੈ। ਡੰਡਿੰਗ ਉਸ ਅਧੀਨ ਸੈਂਕੜੇ ਕਰਮਚਾਰੀ ਕੰਮ ਕਰਦੇ ਹਨ। ਡੰਡਿੰਗ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਕਰਮਚਾਰੀ ਸ਼ਰਧਾਵਾਨ ਹਨ। ਡੰਡਿੰਗ ਇੱਕ ਵਾਰ ਮੈਂ ਪੁੱਛਿਆ, ਤੁਹਾਡੇ ਪਾਸ ਇਤਨੇ ਸ਼ਰਧਾਵਾਨ ਕਰਮਚਾਰੀ ਕਿੱਥੋਂ ਆਏ? ਤੁਸਾਂ ਇਹਨਾਂ ਨੂੰ ਕਿਵੇਂ ਰੱਖਿਆ ਹੈ? ਡੰਡਿੰਗ ਮੇਰੀ ਗੱਲ 'ਤੇ ਉਹ ਹੱਸਣ ਲੱਗਿਆ। ਡੰਡਿੰਗ ਉਸ ਦੱਸਿਆ ਕਿ ਜਦ ਉਸਨੇ ਕੋਈ ਕਰਮਚਾਰੀ ਆਪਣੀ ਸੰਸਥਾ ਵਿੱਚ ਰੱਖਣਾ ਹੁੰਦਾ ਹੈ ਤਾਂ ਉਹ ਉਸ ਲਈ ਇਸ਼ਤਿਹਾਰ ਨਹੀਂ ਦਿੰਦਾ ਅਤੇ ਨਾ ਹੀ ਕਿਸੇ ਨਾਲ ਚਰਚਾ ਕਰਦਾ ਹੈ। ਡੰਡਿੰਗ ਆਪ ਲੱਭ ਕੇ ਰੱਖ ਲੈਂਦਾ ਹੈ। ਡੰਡਿੰਗ ਉਸ ਨੇ ਆਪਣੀ ਸੰਸਥਾ ਵਿੱਚ ਇੱਕ ਖਜ਼ਾਨਚੀ ਰੱਖਿਆ ਹੋਇਆ ਹੈ। ਡੰਡਿੰਗ ਹਰ ਸਮੇਂ ਉਸ ਪਾਸ ਹਜ਼ਾਰਾਂ ਡਾਲਰ ਹੁੰਦੇ ਹਨ, ਪਰ ਕੀ ਮਜਾਲ ਕਿ ਇੱਕ ਡਾਲਰ ਘੱਟ ਜਾਵੇ ਜਾਂ ਹੇਰਾ ਫੇਰੀ ਹੋ ਜਾਵੇ। ਡੰਡਿੰਗ ਖਜ਼ਾਨਚੀ ਨੂੰ ਮੈਂ ਲੱਭ ਕੇ ਰੱਖਿਆ ਹੈ। ਡੰਡਿੰਗ ਸ਼ਾਇਦ ਉਸ ਬਾਰੇ ਪਤਾ ਕਰਕੇ ਰੱਖਿਆ ਹੋਵੇਗਾ। ਡੰਡਿੰਗ ਨਹੀਂ, ਆਪਣੀ ਸੰਸਥਾ ਵਿੱਚ ਰੱਖਣ ਤੋਂ ਪਹਿਲਾਂ ਮੈਂ ਉਸ ਨੂੰ ਪਛਾਣਦਾ ਤੱਕ ਵੀ ਨਹੀਂ ਸੀ। ਡੰਡਿੰਗ ਤਦ ਕਿਸੇ ਦੋਸਤ ਦੀ ਸਿਫਾਰਿਸ਼ 'ਤੇ ਰੱਖਿਆ ਹੋਵੇਗਾ। ਨਹੀਂ ਸ਼੍ਰੀਮਾਨ, ਮੈਂ ਆਪ ਲੱਭ ਕੇ ਰੱਖਿਆ ਹੈ। ਡੰਡਿੰਗ ਉਹ ਕਿਵੇਂ? ਤਦ ਉਸਨੇ ਜੋ ਦੱਸਿਆ ਉਹ ਇਸ ਤਰ੍ਹਾਂ ਹੈ। ਡੰਡਿੰਗ ਆਪਣੀ ਸੰਸਥਾ ਲਈ ਉਸਨੂੰ ਇੱਕ ਇਮਾਨਦਾਰ ਖਜ਼ਾਨਚੀ ਦੀ ਲੋੜ ਪਈ। ਡੰਡਿੰਗ ਹੁਣ ਤੱਕ ਉਹ ਆਪ ਇਸ ਕੰਮ ਨੂੰ ਕਰਦਾ ਆ ਰਿਹਾ ਸੀ। ਡੰਡਿੰਗ ਹੁਣ ਉਸ ਪਾਸ ਇਤਨਾ ਸਮਾਂ ਨਹੀਂ ਸੀ। ਡੰਡਿੰਗ ਉਹ ਇੱਕ ਦਿਨ ਸਵੇਰੇ ਚੁੱਪ ਚਾਪ ਨਿਕਲਿਆ। ਡੰਡਿੰਗ ਸੜਕ 'ਤੇ ਆ ਗਿਆ। ਡੰਡਿੰਗ ਉਸ 10 ਡਾਲਰ ਦਾ ਇੱਕ ਨੋਟ ਸੜਕ 'ਤੇ ਸੁੱਟ ਦਿੱਤਾ। ਡੰਡਿੰਗ ਨੋਟ ਸੁੱਟ ਕੇ ਇੱਕ ਪਾਸੇ ਖਲੋ ਗਿਆ। ਡੰਡਿੰਗ ਜਦੋਂ ਕੋਈ ਉਸਨੂੰ ਚੁੱਕਣ ਬਾਅਦ ਲੈ ਕੇ ਜਾਣ ਦਾ ਯਤਨ ਕਰਦਾ ਤਾਂ ਉਹ ਅੱਗੇ ਵੱਧ ਨੋਟ ਚੁੱਕ ਲੈਂਦਾ ਸੀ। ਨੋਟ ਮੇਰਾ ਇਹ ਡੰਡਿੰਗ ਉਹ ਨੰਬਰ 10 ਦਿੰਦਾ ਸੀ। ਡੰਡਿੰਗ ਲਗਭਗ ਹਰ ਰਾਹੀ ਜਿਸ ਦੀ ਨੋਟ 'ਤੇ ਨਜ਼ਰ ਪੈਂਦੀ ਅਜਿਹਾ ਹੀ ਕਰ ਰਿਹਾ ਸੀ। ਡੰਡਿੰਗ ਕੁਝ ਚਿਰ ਪਿੱਛੋਂ ਇੱਕ ਗੱਭਰੂ ਆਇਆ। ਡੰਡਿੰਗ ਉਸ ਇੱਧਰ ਉੱਧਰ ਵੇਖਿਆ। ਡੰਡਿੰਗ ਨੋਟ ਪਹਿਲਾਂ ਵੇਖ ਚੁੱਕਿਆ ਸੀ। ਡੰਡਿੰਗ ਉਸ ਨੂੰ ਚੁੱਕ ਕੇ ਉਹ ਫੌਰਨ ਨੇੜੇ ਹੀ ਡਿਉੜੀ ਦੇ ਡਿਊਟੀ ਦੇ ਰਹੇ ਕਾਂਸਟੇਬਲ ਕੋਲ ਗਿਆ। ਡੰਡਿੰਗ ਸ਼੍ਰੀਮਾਨ, ਇਹ ਨੋਟ ਕਿਸੇ ਦਾ ਡਿੱਗ ਗਿਆ ਏ? ਡੰਡਿੰਗ ਇਹ ਉਚਿਤ ਅਧਿਕਾਰੀ ਨੂੰ ਦਿਓ। ਡੰਡਿੰਗ ਪਤਾ ਨਾ ਲੱਗਣ 'ਤੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਣਾ। ਡੰਡਿੰਗ ਉਸਨੇ ਅੱਗੇ ਵੱਧ ਉਸ ਗੱਭਰੂ ਦਾ ਸ਼ੁਕਰੀਆ ਅਦਾ ਕੀਤਾ। ਡੰਡਿੰਗ ਉਸ ਦਾ ਨਾਂ
पता पुछया। फिर पुछया तुहाड़ी जेब विच की, $10 तो वध राशि है डंडिंग। नहीं जी सिर्फ $1 पिया होया डंडिंग। मैं बेरुजगार हाँ डंडिंग, नौकरी लभ रहा हाँ डंडिंग। अगे कुछ ना पुछो ओ चलिया गया डंडिंग। उस युवक नो असी संस्था दा खजांची नियुक्त करके उस दे एड्रेस ते नियुक्ति पत्र भेज दिता डंडिंग। पत्र लेके आन वाला ओ बेरुजगार व्यक्ति उस नो पछाण के हैरान रह गया। अरे तुसी ता हाँ, मैनों तेरी भाल सी डंडी।